ਭਾਜੀ ਆਪਣਾ ਮਾੜੇ ਤੁਹਾਡੇ ਬੰਦੇ ਇਹਨਾਂ ਨੂੰ ਮਨਾ ਕਰੋ, ਇਹਨਾਂ ਨੂੰ ਤੁਹਾਡੇ ਪਿੰਡ ਦੇ ਬੰਦੇ ਮੈਂ ਕਹਿੰਦਾ ਮਾੜਾ ਕਰੋ ਮਾੜਾ। ਉਹ ਬਾਸਾ ਵਾ ਤੇ ਲੱਦ ਕੇ ਲਿਆਇਆ, ਇੱਦਾਂ ਨਾ ਕਰੋ ਕਰੀ ਜਾਂਦਾ, ਬਾਸਾ ਲੱਦ ਕੇ ਲਿਆਇਆ ਵਾ। ਦੱਸ ਦੇ ਕਿ ਸਕੂਲੀ ਬੱਸ ਨੇ ਬਾਈਕ ਤੇ ਜਾ ਰਹੇ ਤਿੰਨ ਜੀਆਂ ਨੂੰ ਭਿਆਨਕ ਟੱਕਰ ਮਾਰੀ ਤਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਛੋਟੀ ਬੱਚੀ ਸਮੇਤ ਮਾਂ ਪੁੱਤ ਦੀ ਵੀ ਜਾਨ ਚਲੀ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰ ਨੇ ਗੁੱਸੇ ਦੇ ਵਿੱਚ ਆ ਕੇ ਬੱਸ ਦੀ ਭੰਨ ਤੋੜ ਕੀਤੀ ਹੈ। ਤਾਂ ਦੱਸ ਦੇ ਕਿ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਨੌਜਵਾਨ ਆਪਣੀ ਮਾਂ ਅਤੇ 3 ਸਾਲ ਦੀ ਭਤੀਜੀ ਦੇ ਨਾਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਸਕੂਲੀ ਬੱਸ ਦੇ ਨਾਲ ਇੰਨੀ ਭੈੜੀ ਟੱਕਰ ਹੋਈ ਕਿ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਜਿਵੇਂ ਹੀ ਪਰਿਵਾਰ ਨੂੰ ਹਾਦਸੇ ਦੀ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਅਤੇ ਗੁੱਸੇ ਦੇ ਵਿੱਚ ਆ ਕੇ ਪਰਿਵਾਰ ਦੇ ਵੱਲੋਂ ਉਸ ਬੱਸ ਦੀ ਪੂਰੀ ਤਰੀਕੇ ਦੇ ਨਾਲ ਭੰਨ ਤੋੜ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ ਪਰਿਵਾਰ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੀ ਮੰਗਣੀ ਹੋਈ ਸੀ ਅਤੇ ਸਾਰੇ ਉਸਦੇ ਸਹੁਰੇ ਘਰ ਮੋਤਲੇ ਸੌਣ ਦਾ ਸਾਮਾਂ ਲੈ ਕੇ ਜਾ ਰਹੇ ਸੀ ਤਾਂ ਇਸੇ ਦੌਰਾਨ ਅਚਾਨਕ ਬੱਸ ਦੇ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ, ਜਿਸ ਦੌਰਾਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਤਾਂ ਇੱਕ ਗੰਭੀਰ ਰੂਪ ਦੇ ਨਾਲ ਮਹਿਲਾ ਜ਼ਖਮੀ ਵੀ ਹੋ ਜਾਂਦੀ ਹੈ, ਜਿਸ ਨੂੰ ਕਿ ਅਜਨਾਲਾ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਉੱਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਮੰਗ ਵੀ ਕੀਤੀ ਕਿ ਪੁਲਿਸ ਦੇ ਵੱਲੋਂ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤਾਂ ਇਸ ਸੰਬੰਧ ਵਿੱਚ ਪੁਲਿਸ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ 3 ਸ਼ਖਸਾਂ ਦੀ ਮੌਤ ਹੋਈ ਹੈ ਤਾਂ ਇਸ ਦੌਰਾਨ ਇੱਕ ਨਾਲ ਬੱਚੀ ਵੀ ਸੀ ਜਿਸ ਦੀ ਵੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਤਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਸ ਦੇ ਨਾਲ ਇਹਨਾਂ ਦੀ ਟੱਕਰ ਹੋਈ ਅਤੇ ਉਸੇ ਬੱਸ ਦੇ ਵਿੱਚ ਇਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੱਸ ਦੀ ਭੰਨ ਤੋੜ ਵੀ ਕੀਤੀ ਗਈ, ਜਿਸ ਤੋਂ ਬਾਅਦ ਇਹਨਾਂ ਦੇ ਗੁੱਸੇ ਨੂੰ ਸ਼ਾਂਤ ਕਰਵਾ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੀ ਨਾਮ ਹੈ ਤੇਰਾ, ਕੀ ਲੱਗਦੇ ਸੀ ਤੇਰੀ ਕੀ ਗੱਲਬਾਤ ਹੋਈ ਸਾਰੀ? ਮੇਰੇ ਤਾਏ ਦਾ ਮੁੰਡਾ ਤੇ ਤਾਈ ਆਈ ਤੇ ਜਾਣੇ ਭਰਾ ਦੇ ਤੇ ਉਹ ਸਾਵਾਂ ਲੈ ਕੇ ਜਾਣ ਡਿਆ ਪਾ ਭਰਾ ਦੇ ਥੋੜ੍ਹੇ, ਅਤੇ ਮੈਂ ਗਾੜੀ ਐਕਟਿਵਾ ਜਾਣ ਡਿਆ ਅਤੇ ਪੁੰਗੇ ਲੱਗ ਕੇ ਜਾ ਕੇ ਐਕਟਿਵਾ ਖਿਲਾੜੀ ਮੈਂ ਅਤੇ ਮੈਂ ਡਿੱਗਣ ਡਿਆ, ਮੈਂ ਕਿਹਾ ਭਰਾ ਹੁਣ ਮੇਰੇ ਮਗਰ ਆਉਣਗੇ ਔਰ ਮੈਂ ਡਿੱਗੇ ਵਾਲੇ ਆਏ ਨਹੀਂ ਅਤੇ ਮੁੰਡੇ ਡੇ ਕਹਿਣ ਆ ਕੇ ਕਹਿੰਦੇ ਮਗਰ ਐਕਸੀਡੈਂਟ ਹੋਇਆ ਵਾ ਅਤੇ ਮਗਰ ਜਾ ਕੇ ਵੇਖਿਆ ਤੇ ਐਸ ਸਾਰੇ ਅਸੀਂ ਨਾ ਬੱਸਲਾ ਮਾਰ ਕੇ ਭੱਜ ਗਿਆ। ਅੱਛਾ। ਅਰ ਬਾਈ ਕੋਈ ਫਰਦਾ ਨਹੀਂ, ਅਰ ਬਾਸ ਦਾ ਬੱਸਲਾ ਲਾ ਕੇ ਭੱਜ ਗਿਆ, ਫਿਰ ਬੱਸ 'ਚ ਮੈਂ ਲੱਦੇ ਘਰ ਦੇ ਆਪਣੇ ਅਤੇ ਬੱਸ ਅੱਛਾ ਬਾਅਦ ਬੱਸ ਵਾਲੀ ਬਾਈ ਇੱਕ ਵੀਰ ਦੇ ਮੈਂ ਤਰਲੇ ਮਾਰ ਕੇ ਉਹਨੂੰ ਕਿਹਾ ਬੱਸ 'ਚ ਛੱਡ ਗਿਆ। ਮੇਰੀ ਵੱਡੀ ਮੰਮੀ ਦੀ ਅਤੇ ਤਾਏ ਤਾਏ ਦੇ ਮੁੰਡੇ ਦੀ ਤਾਏ ਦੀ ਪੋਤਰੀ ਦੀ ਟੋਟਲ ਕਿੰਨੇ ਜਾਣੇ ਸੀ? ਤੋੜ ਲੈ ਗਏ ਦੋ, ਇੱਕ ਮੁੰਡਾ ਕੁੜੀ ਨਿੱਕਾ ਔਰ ਇੱਕ ਤਾਏ ਦਾ ਮੁੰਡਾ ਸੀ, ਇੱਕ ਤਾਈ ਸੀ ਮੇਰੀ, ਚਾਰ ਜਾਣੇ ਚਿੰਨਾ ਔਰ ਇੱਕ ਭਾਬੀ ਸੀ ਮੇਰੀ, ਚਾਰ ਹੀ ਚਾਰੇ ਤਿੰਨਾਂ ਦੀ ਮੌਤ ਹੋ ਗਈ? ਹਾਂਜੀ, ਨਹੀਂ ਤੇ ਇੱਕ ਭਾਬੀ ਹੈਗੇ ਆ।
ਅੱਛਾ ਤਿੰਨ ਜਣਿਆਂ ਦੀ ਮੌਤ ਹੈ, ਇੱਕ ਬੱਚਾ ਪਾ ਗਿਆ। ਹਾਂਜੀ, ਕੀ ਮੰਗ ਕਰਦੇ ਹੋ? ਮੰਗ ਇਨਸਾਫ ਚਾਹੀਦਾ। ਗੱਡੀ ਵਾਲਾ ਮੌਕੇ ਤੋਂ ਭੱਜ ਗਿਆ? ਹਾਂਜੀ, ਮੌਕੇ ਤੇ ਲੱਭਿਆ ਨਹੀਂ ਲੱਭਿਆ। ਅੱਛਾ, ਇਹ ਗੱਡੀ ਕੀ ਨਹੀਂ ਪਤਾ ਲੱਗਾ ਕੁਛ? ਨਹੀਂ ਹੈ ਜੀ। ਹਾਂਜੀ, ਉਸ ਦਾ ਨੰਬਰ ਲਿਖਿਆ ਸਕੂਲ ਵਾਲਿਆਂ ਦੀ ਆ। ਮੇਰਾ ਨਾਮ ਯੂਸਫ ਆ ਤੇ ਪੂੰਗਿਆਂ ਮੁਕਤਲੇ ਮੇਰੇ ਸਹੁਰੇ ਪੂੰਗਿਆਂ ਦੇ ਲਾਗੇ, ਤੇ ਇਹਨਾਂ ਸਾਵਾਂ ਲੈ ਕੇ ਚੱਲੇ ਸੀ ਮੇਰਾ ਅੱਜ, ਤੇ ਇੱਕ ਤਾਏ ਦਾ ਬੇਟਾ ਸੀ ਨਾਲ, ਤਾਈ ਸੀ ਤੇ ਇੱਕ ਉਹਨਾਂ ਦੀ ਪੋਤਰੀ ਸੀ ਤੇ ਇੱਕ ਸਗੀ ਭਾਬੀ ਸੀ ਮੇਰੀ ਨਾਲ, ਤੇ ਇੱਕ ਮੋਟਰਸਾਈਕਲ ਤੇ ਸੀ, ਤੇ ਹੋਰ ਪਰਿਵਾਰ ਦੇ ਮੈਂਬਰ ਅਲੱਗ ਐਕਟਿਵਾ ਤੇ ਸੀ, ਉਹ ਮਤਲਬ ਉਹ ਅਲੱਗ ਸੀ। ਐਕਸੀਡੈਂਟ ਇਹਨਾਂ ਦਾ ਹੋਇਆ, ਇਹਨਾਂ ਦੇ ਵਿੱਚ ਬੱਸ ਵੱਜੀ ਆਣ ਕੇ, ਅਤੇ ਤਾਏ ਦੇ ਮੁੰਡੇ ਦੀ ਵੀ ਡੈਥ ਹੋ ਗਈ ਆ, ਤਾਈ ਦੀ ਵੀ ਡੈਥ ਹੋ ਗਈ ਅਤੇ ਪੋਤਰੀ ਦੀ ਵੀ ਡੈਥ ਹੋ ਗਈ ਉਹਨਾਂ ਦੀ, ਮਤਲਬ ਉਹ ਸਾਰਾ ਪਰਿਵਾਰ ਖਤਮ ਆ, ਅਤੇ ਭਾਬੀ ਉਹਨਾਂ ਦੇ ਨਾਲ ਬੈਠੇ ਅਤੇ ਭਾਬੀ ਗੰਭੀਰ ਰੂਪ ਜ਼ਖਮੀ ਅਜੇ। ਰਿਸ਼ਤਾ ਇਹਨੂੰ ਅਜੇ ਮਹੀਨਾ ਕੀ ਹੋਇਆ, ਅਜੇ ਪਹਿਲਾ ਸਮਾਂ ਲੈ ਕੇ ਚੱਲੇ ਅਜੇ, ਅਤੇ ਪਹਿਲਾਂ ਸਮਾਂ ਲੈ ਕੇ ਚੱਲੇ, ਅਤੇ ਅਸੀਂ ਪ੍ਰਸ਼ਾਸਨ ਤੋਂ ਹੁਣ ਇਹੀ ਮੰਗ ਕਰਦੇ ਹਾਂ ਕਿ ਜੇ ਡਰਾਈਵਰ 'ਤੇ ਕਾਨੂੰਨੀ ਕਾਰਵਾਈ ਬੰਦ ਕੀਤੀ ਜਾਵੇ ਤਾਂ ਸਾਨੂੰ ਇਨਸਾਫ ਮਿਲੇ। ਸਾਡੇ ਤਿੰਨ ਮੌਤਾਂ ਹੋਈਆਂ, ਇੱਕ ਜ਼ਖਮੀ ਆ, ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ। ਬੱਸ ਵਿੱਚ ਉਸ ਸਮੇਂ ਸਕੂਲ ਦੇ ਵਿਦਿਆਰਥੀ ਸੀ ਕਿ ਖਾਲੀ ਬੱਸ ਸੀ? ਬੱਸ ਵਿੱਚ ਸਕੂਲ ਦੇ ਵਿਦਿਆਰਥੀ ਸੀ, ਬਸ ਸਕੂਲੋਂ ਜਾਣ ਡੀ ਸੀ ਬੱਸ। ਹਾਂਜੀ, ਕੀ ਮਾਮਲਾ ਐਕਸੀਡੈਂਟ ਜਿਹੜਾ? ਮਾਮਲਾ ਇਹ ਆ ਵੀ ਅੱਜ ਨਾ ਇੱਕ ਸਕੂਲ ਬੱਸ ਆ, ਸ਼੍ਰੀ ਗੁਰੂ ਅੰਗਦ ਦੇਵ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਕਰੌਲ, ਅਤੇ ਉਹ ਜਿਹੜੀ ਬੱਸ ਆ ਉਹ ਉੱਧਰੋਂ ਆ ਰਹੀ ਸੀ ਵਾਪਸ ਇੱਧਰ ਨੂੰ ਸ਼ਹਿਰ ਵੱਲ ਨੂੰ, ਅਤੇ ਇੱਧਰੋਂ ਇੱਕ ਮੋਟਰਸਾਈਕਲ ਹੈਗਾ ਵਾ PB46AD 6970 ਸਪਲੈਂਡਰ ਆ, ਉਹਦੇ ਉੱਤੇ ਨਾ ਇੱਕ ਘਰ ਦੇ ਮਤਲਬ ਇੱਕ ਜੈਂਟਸ ਅਤੇ ਦੋ ਲੇਡੀਜ਼, ਇੱਕ ਛੋਟਾ ਬੱਚਾ 3-4 ਸਾਲ ਦਾ ਉਹਨਾਂ ਦੇ ਨਾਲ ਸੀਗਾ, ਇਹ ਬੱਸ ਨੇ ਉਹਨੂੰ ਹਿੱਟ ਕੀਤਾ ਵਾ। ਬੱਸ 'ਤੇ ਹਿੱਟ ਕਰਨ ਨਾਲ ਨਾ ਹੁਣ ਤੱਕ ਇੱਕ ਲੇਡੀਜ਼ ਅਤੇ ਇੱਕ ਬੱਚਾ ਅਤੇ ਇੱਕ ਉਹ ਜਿਹੜੇ ਜੈਂਟਸ ਆ ਉਹਨਾਂ ਦੇ ਨਾਲ ਚਲਾਉਂਦੇ ਸੀ ਡਰਾਈਵਿੰਗ ਕਰਦੇ ਮੋਟਰਸਾਈਕਲ, ਉਹਦੀ ਡੈਥ ਹੋ ਚੁੱਕੀ ਆ। ਜਿਹੜੀ ਦੂਜੀ ਜਨਾਨੀ ਉਹਦੀ ਵੀ ਹਾਲਤ ਜਿਹੜੀ ਬੜੀ ਸੀਰੀਅਸ ਹੈ, ਸੀਰੀਅਸ ਕੰਡੀਸ਼ਨ ਵਿੱਚ ਆ, ਉਹ ਇਲਾਜ ਚੱਲ ਰਿਹਾ ਵਾ। ਇਹ ਜਿਹੜੇ ਬੱਸ ਆ ਉਹ ਜਿਹੜਾ ਉਸੇ ਬੱਸ ਵਾਲਾ ਡਰਾਈਵਰ ਆ ਨਾ, ਉਹੀ ਇਹਨੂੰ ਮਤਲਬ ਡਰਾਈਵਰ 'ਤੇ ਜਦੋਂ ਸ਼ਾਇਦ ਉੱਧਰ ਭਰੇ ਹੋਗਾ, ਲੋਕ ਉਸੇ ਬੱਸ ਵਿੱਚ ਹੀ ਲੋਡ ਕਰਕੇ ਇਹਨਾਂ ਨੂੰ ਬਚਾਅ ਵਾਸਤੇ ਇੱਥੇ ਸਿਵਲ ਹਸਪਤਾਲ ਲੈ ਕੇ ਆਏ ਆ। ਹੁਣ ਉਹਨਾਂ ਦਾ ਜਿਹੜਾ ਕਾਨੂੰਨੀ ਕਾਰਵਾਈ ਆ ਚੱਲ ਰਹੀ ਆ, ਇਸ ਸੰਬੰਧ ਵਿੱਚ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕਰਕੇ ਸਖ਼ਤ ਕਾਰਵਾਈ ਕੀਤੀ ਕਰਕੇ ਜੀ ਡਰਾਈਵਰ ਨੂੰ ਸਜ਼ਾ ਦਵਾਈ ਆ। ਉਸੇ ਵਿੱਚ ਕੁਝ ਲੋਕਾਂ ਨੇ ਅਤੇ ਕੁਝ ਵੀ ਗੁੱਸੇ ਹੋਏ ਲੋਕਾਂ ਨੇ ਨਾ ਮਤਲਬ ਵੀ ਜਿਸ ਤਰ੍ਹਾਂ ਸਿਵਲ ਹਸਪਤਾਲ ਵਿੱਚ ਉਹੀ ਬੱਸ ਜਿਹੜੀ ਆਈ ਆ ਨਾ ਉਹਨੂੰ ਇੱਟਾਂ ਰੋੜੇ ਮਾਰੇ ਆ। ਚਲੋ ਉਹਨਾਂ ਨੂੰ ਪਬਲਿਕ ਨੇ ਜਾਂ ਪ੍ਰੈਸ ਵਾਲੇ ਮੇਰੇ ਵੀਰਾਂ ਨੇ ਬੜਾ ਸਮਝਾਇਆ ਵਾ, ਉਹਨਾਂ ਪ੍ਰੈਸ ਵਾਲੇ ਵੀਰਾਂ ਨੇ ਸਮਝਾ ਕੇ ਹੋਰ ਲੋਕਾਂ ਨੇ ਕੰਟਰੋਲ ਕਰਕੇ ਨਾ ਉਹਨਾਂ ਨੂੰ ਸਮਝਾ ਕੇ ਅਤੇ ਭੇਜ ਦਿੱਤਾ ਵਾ। ਚਲੋ ਹੁਣ ਇਹ ਅਤੇ ਇੱਕ ਜਿਹੜਾ ਕਰਮਚਾਰੀ ਸੀ ਜਦੋਂ ਬੱਸ ਨੂੰ ਪਿੱਛੇ ਕਰਕੇ ਅਸੀਂ ਥਾਣੇ ਖਾਣੀ ਚਾਹੁੰਦੇ ਸੀ, ਚਲੋ ਭੀੜ ਦੇ ਵਿੱਚ ਉਹਨੂੰ ਨਹੀਂ ਉਹਨਾਂ ਖੰਡ ਦਿੱਤੀ, ਚਲੋ ਕੋਈ ਗੱਲ ਨਹੀਂ। ਬਾਕੀ ਇਹਦੇ ਵਿੱਚ ਸਾਰਾ ਮਾਮਲਾ ਜਿਹੜਾ ਵਾ ਕਾਰਵਾਈ ਜਿਹੜੀ ਆ ਲਗਾਤਾਰ ਜਾਰੀ ਆ, ਸਾਰੀ ਫੋਰਸ ਇੱਥੇ ਆਈ ਹੋਈ ਆ, ਜਲਦੀ ਤੋਂ ਜਲਦੀ ਇਹਨਾਂ ਦਾ ਪੋਸਟਮਾਰਟਮ ਕਰਾ ਕੇ ਸਕੂਲ ਪ੍ਰਬੰਧਕਾਂ ਦੇ ਵਿੱਚ ਵੀ ਇਹ ਵੇਖਿਆ ਜਾਊਗਾ ਵੀ ਇਹ ਡਰਾਈਵਰ ਜਿਹੜਾ ਵਾ ਕਿੰਨੀ ਇਹਦੀ ਉਮਰ ਆ, ਕੀ ਇਹਦਾ ਲਾਇਸੈਂਸ ਆ, ਕਿਉਂ ਇਹ ਹੋਇਆ ਵਾ। ਇਸ ਸੰਬੰਧ ਵਿੱਚ ਜੋ ਇਹ ਸਕੂਲ ਵਾਲਿਆਂ 'ਤੇ ਵੀ ਜੇ ਕੋਈ ਕਾਰਵਾਈ ਬਣਦੀ ਹੋਊ ਉਹਦੀ ਵੀ ਉਹਨਾਂ ਦਾ ਵੀ ਇਸ ਵਿੱਚ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਜੇਕਰ ਉਹਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਜੇ ਉਹ ਫਾਰਮੈਲਿਟੀਜ਼ ਨਾ ਪੂਰੀਆਂ ਕਰਦੇ ਹੋਏ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਊਗੀ।